ਹਫਤੇ ਪਰ ਦੀਆਂ ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਲੈ ਕੇ ਮੈਂ ਬਰਨ ਕੌਰ ਮਾਨ ਹਾਜ਼ਰ ਸਤਿ ਅਕਾਲ ਤੁਸੀਂ ਦੇਖ ਰਹੇ ਆਂ ਪੰਜਾਬ ਮੇਲ ਯੂਐਸਏ ਟੀਵੀ ਅਮਰੀਕਾ ਦਾ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਲਈ ਅਹਿਮ ਐਲਾਨ ਪੰਜਾਬੀਆਂ ਨੂੰ ਹੋਵੇਗਾ ਵੱਡਾ ਫਾਇਦਾ ਕੈਨੇਡਾ ਤੋਂ ਅਮਰੀਕਾ ਦੇ ਵਿੱਚ ਕਿਸ਼ਤੀ ਰਾਹੀਂ ਦਾਖਲ ਹੋਣ ਦੀ ਕੋਸ਼ਿਸ਼ ਦੇ ਵਿੱਚ ਦੋ ਭਾਰਤੀਆਂ ਸਮੇਤ ਪੰਜ ਗ੍ਰਿਫਤਾਰ ਯੂਐਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਵੀਜ਼ਾ ਫੀਸਾਂ 'ਚ ਕਰੇਗਾ ਵਾਧਾ ਨਿਊਜ਼ੀਲੈਂਡ ਨੇ ਰਿਕਵਰੀ ਵੀਜ਼ਾ ਸਕੀਮਾ ਨੂੰ ਕੀਤਾ ਲਾਂਚ ਨਰਮੰਦ ਭਾਰਤੀਆਂ ਨੂੰ ਹੋਵੇਗਾ ਫਾਇਦਾ ਬ੍ਰਿਟੇਨ ਵਿੱਚ ਵਧਣ ਜਾ ਰਹੇ ਕਾਨੂੰਨ ਨੇ ਹੁਣ ਸ਼ਰਨ ਲੈਣਾ ਕੀਤਾ ਔਖਾ ਕੇਵਲ ਕੁਝ ਸ਼ਰਤਾਂ ਤਹਿਤ ਰਹਿ ਸਕਣਗੇ ਉੱਥੇ ਸ਼ਰਨਾਰਥੀ ਲਿਬਿਆ ਵਿੱਚ ਫਸੇ 12 ਭਾਰਤੀ ਨਾਗਰਿਕਾਂ ਨੂੰ ਬਚਾਇਆ ਗਿਆ ਸਾਰਿਆਂ ਦੀ ਹੋਈ ਪਿਛਲੇ ਹਫਤੇ ਵਤਨਵਾਪਸੀ ਪਾਰਾ ਦੇ ਨਾਲ ਵੀਜ਼ਾ ਪ੍ਰਣਾਲੀ ਨੂੰ ਸੌਖਾ ਬਣਾਉਣ ਦੀ ਤਿਆਰੀ ਕਰ ਰਿਹਾ ਰੂਸ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਸਿੱਖਿਆ ਮਾਨਤਾ ਪ੍ਰਣਾਲੀ ਦਾ ਕੀਤਾ ਐਲਾਨ ਭਾਰਤੀ ਡਿਗਰੀਆਂ ਨੂੰ ਆਸਟ੍ਰੇਲੀਆ ਵਿੱਚ ਦਿੱਤੀ ਜਾਵੇਗੀ ਮਾਨਤਾ ਯੂਰੀਸ਼ੀਆ ਦੇ ਵਿੱਚ ਕਿਸ਼ਤੀ ਡੁੱਬਣ ਦੇ ਨਾਲ 14 ਪ੍ਰਵਾਸੀਆਂ ਦੀ ਮੌਤ 54 ਨੂੰ ਗਿਆ ਬਚਾਇਆ ਅਮਰੀਕਾ ਚ ਪੜ੍ਹਾਈ ਕਰਨ ਦੇ ਚਾਹਵਾਨ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਲਈ ਚੰਗੀ ਖਬਰ ਇਸ ਹਫਤੇ ਹਾਈ ਅਮਰੀਕੀ ਸਰਕਾਰ ਨੇ ਸੋਮਵਾਰ ਨੂੰ ਕੁਝ ਵੀਜ਼ਾ ਅਰਜ਼ੀਆਂ ਦੇ ਲਈ ਪ੍ਰੀਮੀਅਮ ਪ੍ਰੋਸੈਸਿੰਗ ਸਕੀਮ ਸ਼ੁਰੂ ਕੀਤੀ ਇਸ ਦੇ ਨਾਲ ਅਮਰੀਕਾ ਆਉਣ ਦੇ ਚਾਹਵਾਨ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਫਾਇਦਾ ਹੋਣਾ ਹੈ ਵਿਗਿਆਨ ਟੈਕਨੋਲੋਜੀ ਇੰਜੀਨੀਅਰਿੰਗ ਗਣਿਤ ਦੀ ਪੜਾਈ ਕਰਨ ਦੇ ਲਈ ਅਮਰੀਕਾ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਨੂੰ ਵੀ ਇਸ ਦਾ ਬਹੁਤ ਫਾਇਦਾ ਹੋਏਗਾ ਅਮਰੀਕਾ ਦੇ ਯੂਐਸ ਸੈਟਿਟਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਨੇ ਕੋਸ਼ਨਾ ਕੀਤੀ ਹੈ ਕਿ ਸਟੈਂਡ ਦੇ ਖੇਤਰ ਵਿੱਚ ਓਪੀਟੀ ਕਰਨ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਇਸ ਦਾ ਫਾਇਦਾ ਹੋਏਗਾ ਮਤਲਬ ਹੁਣ ਉਹ ਪੜਾਈ ਦੇ ਨਾਲ-ਨਾਲ ਕੰਮ ਵੀ ਕਰ ਸਕਣਗੇ ਯੂਐਸਸੀਆਈਐਸ ਦੇ ਮੁਤਾਬਕ ਵੀਜ਼ਾ ਦੇ ਲਈ ਪ੍ਰੀਮੀਅਮ ਪ੍ਰੋਸੈਸਿੰਗ ਸੇਵਾ 6 ਮਾਰਚ ਤੋਂ ਸ਼ੁਰੂ ਹੋ ਗਈ ਹੈ ਦੂਜੇ ਪਾਸੇ ਕੁਝ ਹੋਰ ਸ਼੍ਰੇਣੀਆਂ ਦੇ ਲਈ ਇਹ ਸੇਵਾ ਤੇ 10 ਅਪ੍ਰੈਲ ਤੋਂ ਸ਼ੁਰੂ ਹੋਏਗੀ ਯੂਐਸਸੀਆਈਐਸ ਦੇ ਨਿਰਦੇਸ਼ਕ ਯੂਆਰਐਮ ਜਾਦੂਦਾ ਕਹਿਣਾ ਹੈ ਕਿ ਐਫ1 ਵਿਦਿਆਰਥੀਆਂ ਨੂੰ ਪ੍ਰੀਮੀਅਮ ਪ੍ਰੋਸੈਸਿੰਗ ਦੇ ਨਾਲ-ਨਾਲ ਆਨਲਾਈਨ ਫਾਈਲਿੰਗ ਅਤੇ ਇਮੀਗ੍ਰੇਸ਼ਨ ਦਾ ਲਾਭ ਦਿੱਤਾ ਜਾਏਗਾ ਭਾਰਤੀ ਮੂਲ ਦੇ ਅਜੇ ਪਟੋਰੀਆ ਨੇ ਵੀ ਅਮਰੀਕੀ ਸਰਕਾਰ ਦੇ ਇਸ ਕਦਮ ਦੀ ਸ਼ਲਾਘਾ ਕੀਤੀ ਹੈ ਪਟੋਰੀਆ ਨੇ ਇਹਾਂ ਦੇ ਵਿਦੇਸ਼ੀ ਵਿਦਿਆਰਥੀਆਂ ਲਈ ਇਹ ਮਹੱਤਵਪੂਰਨ ਖਬਰ ਹੈ ਜੋ ਆਪਣੀ OPT ਕਲੀਅਰ ਕਰਵਾਉਣ ਦੇ ਲਈ ਲੰਬੇ ਸਮੇਂ ਤੋਂ ਉਡੀਕ ਕਰ ਰਹੇ ਸਨ ਇਸ ਨਾਲ F1 ਸ਼੍ਰੇਣੀ ਦੇ ਵਿਦਿਆਰਥੀਆਂ ਨੂੰ ਅਮਰੀਕਾ 'ਚ ਰੁਜ਼ਗਾਰ ਦੇ ਲਈ ਮਨਜ਼ੂਰੀ ਮਿਲ ਜਾਏਗੀ ਇਸ ਨਾਲ ਨਾ ਕੇਵਲ ਅਮਰੀਕੀ ਅਰਥਚਾਰੇ ਨੂੰ ਫਾਇਦਾ ਹੋਏਗਾ ਸਗੋਂ ਇਥੋਂ ਦੇ ਸਮਾਜ ਨੂੰ ਫਾਇਦਾ ਹੋਏਗਾ ਤੁਹਾਨੂੰ ਦੱਸ ਦਈਏ ਕਿ ਭਾਰਤ ਵਿੱਚ ਅਮਰੀਕਾ ਦਾ ਵੀਜ਼ਾ ਲੈਣ ਦੀ ਉਡੀਕ ਕਰ ਰਹੇ ਪੰਜਾਬੀਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਇਹੀ ਕਾਰਨ ਹੈ ਕਿ ਅਮਰੀਕੀ ਸਰਕਾਰ ਵੀ ਬੈਕਲੌਗਸ ਮਸਤੀਆ ਦੇ ਹੱਲ ਲਈ ਕਈ ਕਦਮ ਚੁੱਕ ਰਹੀ ਹੈ ਇਸ ਲਈ ਅਮਰੀਕੀ ਸਰਕਾਰ ਭਾਰਤ ਵਿੱਚ ਆਪਣਾ ਸਟਾਫ ਵਧਾ ਰਹੀ ਹੈ ਅਤੇ ਭਾਰਤ ਦੇ ਕੰਮ ਨੂੰ ਆਨਲਾਈਨ ਚਲਾਉਣ ਦੇ ਲਈ ਦੂਜੇ ਦੇਸ਼ਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸ਼ਾਮਲ ਕਰ ਰਹੀ ਹੈ ਦੱਸਦੇ ਕਿ ਭਾਰਤ ਵਿੱਚ ਅਮਰੀਕਾ ਦੇ ਵੀਜ਼ਾ ਦੀ ਉਡੀਕ ਦਾ ਸਮਾਂ ਬਹੁਤ ਲੰਬਾ ਹੈ ਅਮਰੀਕੀ ਸਰਹੱਦੀ ਗਸ਼ਤੀ ਦਲ ਨੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਕਿਸ਼ਤੇ ਰਾਹੀਂ ਕੈਨੇਡਾ ਤੋਂ ਅਮਰੀਕਾ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਦੇ ਵਿੱਚ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਵਿੱਚ ਦੋ ਭਾਰਤੀ ਨੇ ਯੂ ਐਸ ਬਾਰਡਰ ਐਂਡ ਕਸਟਮਸ ਪ੍ਰੋਟੈਕਸ਼ਨ ਨੇ ਜਾਰੀ ਇੱਕ ਬਿਆਨ ਚ ਕਿਹਾ ਸੀਗਾ ਕਿ ਅਮਰੀਕਾ ਦੇ ਮਿਸ਼ੀਗਨ ਰਾਜ ਦੇ ਵਿੱਚ ਐਲਗੋਨੈਕ ਨੇੜੇ ਤਸਕਰੀ ਦੀਆਂ ਕੋਸ਼ਿਸ਼ ਦੇ ਸਮੇਂ ਪੰਜ ਵਿਦੇਸ਼ੀਆਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਬਿਆਨ ਦੇ ਅਨੁਸਾਰ ਇਹ ਜਿਹੜੀ ਤਸਕਰੀ ਹੈ ਉਸ ਦੇ ਪਛਾਣੇ ਇੱਕ ਰਸਤੇ ਨੇੜੇ ਸੈਂਟ ਕਲੇਅਰ ਦਰਿਆ ਵਿੱਚ ਕਿਸ਼ਤੀ ਰਾਹੀਂ ਕਮਾਂਤਰੀ ਸਰਹੱਦ ਪਾਰ ਕਰਦੇ ਕੁਝ ਲੋਕਾਂ ਨੂੰ ਨਿਗਰਾਨ ਪ੍ਰਣਾਲੀ ਦੁਆਰਾ ਦੇਖਿਆ ਗਿਆ ਤੁਰੰਤ ਖੇਤਰ ਵਿਚਲੇ ਸੁਰੱਖਿਆ ਅਮਲੇ ਦੇ ਨਾਲ ਸੰਪਰਕ ਕੀਤਾ ਗਿਆ ਜਿਨ੍ਹਾਂ ਨੇ ਅਮਰੀਕਾ ਵਾਲੇ ਪਾਸੇ ਕੰਡੇ ਵੱਲ ਰਹੀ ਕਿਸ਼ਤੀ ਨੂੰ geke ਲਿਆ ਔਰ ਕਿਸ਼ਤੇ ਦੇ ਵਿੱਚ ਸਵਾਰ ਪੰਜ ਵਿਅਕਤੀਆਂ ਨੇ ਮੰਨਿਆ ਕਿ ਉਹਨਾਂ ਨੇ ਕੈਨੇਡਾ ਦੀ ਸਰਹੱਦ ਪਾਰ ਕੀਤੀ ਹੈ ਗ੍ਰਫਤਾਰੀ ਦੇ ਸਮੇਂ ਦੋ ਵਿਅਕਤੀਆਂ ਦੀ ਹਾਲਤ ਬਹੁਤ ਖਰਾਬ ਸੀਗੀ ਤੇ ਉਠੰਡ ਕਾਰਨ ਕੰਬ ਰਹੇ ਸਨ ਉਹਨਾਂ ਨੇ ਦੱਸਿਆ ਕਿ ਉਹ ਅਚਾਨਕ ਕਿਸ਼ਤੀ ਵਿੱਚੋਂ ਦਰਿਆ ਵਿੱਚ ਡਿੱਗ ਗਏ ਸਤਾਂ ਇਹਨਾਂ ਨੂੰ ਹਿਰਾਸਤ ਵਿੱਚ ਲੈ ਕੇ ਸਥਾਨਕ ਪ੍ਰੋਸੈਸਿੰਗ ਸੈਂਟਰ ਵਿੱਚ ਪੇਸ਼ ਦਿੱਤਾ ਗਿਆ ਯੂਐਸ ਬਾਰਡਰ ਐਂਡ ਕਸਟਮਸ ਪ੍ਰੋਟੈਕਸ਼ਨ ਨੇ ਗ੍ਰਿਫਤਾਰ ਵਿਅਕਤੀਆਂ ਦੇ ਨਾਂ ਹੀ ਨਹੀਂ ਦੱਸੇ ਸਨ ਕਿ ਹਾਂ ਕਿ ਇਹਨਾਂ ਵਿੱਚ ਦੋ ਪਾਰਟੀ ਤੇ ਬਾਕੀ ਤਿੰਨ ਜਣੇ ਨਾਈਜੀਰੀਆ ਮੈਕਸਿਕੋ ਤੇ ਡੋਮਿਨਿਕ ਰਿਪਬਲਿਕਨ ਤੋਂ ਨੇ ਇਸ ਹਫਤੇ ਯੂਐਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਨੇ ਇੱਕ ਪ੍ਰਸਤਾਵਿਤ ਨਿਯਮ ਜਾਰੀ ਕੀਤਾ ਸੀ ਜੋ ਵੱਖ-ਵੱਖ ਕਿਸਮ ਦੀਆਂ ਵੀਜ਼ਾ ਅਰਜ਼ੀਆਂ ਅਤੇ ਖਾਸ ਤੌਰ ਤੇ ਰੁਜ਼ਗਾਰ ਅਧਾਰਿਤ ਅਰਜ਼ੀਆਂ ਤੇ ਕਾਰਵਾਈ ਕਰਨ ਦੇ ਲਈ ਲੋੜਿੰਦੀਆਂ ਫਾਈਲਿੰਗ ਫੀਸਾਂ ਨੂੰ ਬਤਾਏਗਾ ਚੰਨ ਤੱਕ ਟਿੱਪਣੀ ਦੇ ਲਈ ਅੰਤਿਮ ਤਾਰੀਖ ਸ਼ੁਰੂ ਵਿੱਚ 6 ਮਾਰਚ ਲਈ ਨਿਰਧਾਰਿਤ ਕੀਤੀ ਗਈ ਸੀ ਪਰ ਇਸ ਨੂੰ 13 ਮਾਰਚ ਤੱਕ ਵਧਾ ਦਿੱਤਾ ਗਿਆ ਹੈ ਹਜ਼ਾਰਾਂ ਲੋਕਾਂ ਨੇ ਯੂਐਸ ਵੀਜ਼ਾ ਫੀਸਾਂ 'ਚ ਪ੍ਰਸਤਾਵਿਤ ਵਾਅਦੇ ਬਾਰੇ ਟਿੱਪਣੀਆਂ ਦਰਜ ਕਰਨ ਲਈ ਕਾਲ ਦਾ ਜਵਾਬ ਦਿੱਤਾ ਹੈ ਤੇ ਅਨੁਮਾਨਤ ਤੌਰ ਤੇ ਬਹੁਤ ਸਾਰੇ ਚਿੰਤਾਵਾਂ ਪ੍ਰਗਟ ਕਰ ਰਹੇ ਨੇ ਦਰਜ ਕੀਤੀਆਂ ਗਈਆਂ 4000 ਤੋਂ ਬਾਅਦ ਟਿੱਪਣੀਆਂ ਦੀ ਇੱਕ ਸਰਸਰੀ ਚਲਕ ਇਹ ਦਰਸਾਉਂਦੀ ਹੈ ਕਿ ਲੋਕ ਅਣਗਿਣਤ ਕਾਰਨਾ ਕਰਕੇ ਪ੍ਰਸਤਾਵਿਤ ਵਾਅਦੇ ਦੇ ਨਾਲ ਮੁੱਦਾ ਉਠਾ ਰਹੇ ਨੇ ਫੈਡਰਲ ਸਰਕਾਰ ਤੋਂ ਫੰਡਾਂ ਦੀ ਘਾਟ ਕਰਨ ਏਜੰਸੀ ਦਾ ਬਜਟ ਇਮੀਗ੍ਰੇਸ਼ਨ ਅਰਜ਼ੀਆਂ ਤੋਂ ਫਾਈਲ ਕਰਨ ਦੀਆਂ ਫੀਸਾਂ ਦੀ ਰਸੀਦ ਤੇ ਨਿਰਪਰ ਕਰਤਾਏ ਅਸਲ ਦੇ ਵਿੱਚ ਲਗਭਗ 80% ਯੂਐਸ 3ਆਈਐਸ ਫੰਡਿੰਗ ਸਿੱਧੇ ਤੌਰ ਤੇ ਵੀਜ਼ਾ ਗ੍ਰੀਨ ਕਾਰਡ ਅਤੇ ਨਾਗਰਿਕਤਾ ਲਈ ਅਰਜ਼ੀ ਦੇਣ ਵਾਲੇ ਪ੍ਰਵਾਸੀਆਂ ਦੁਆਰਾ ਪ੍ਰਦਾਨ ਕੀਤੀ ਅਰਜ਼ੀ ਫੀਸਾਂ ਤੋਂ ਆਉਂਦੀ ਹੈ 2016 ਤੋਂ ਬਾਅਦ ਕੋਈ ਵਾਅਦਾ ਨਹੀਂ ਹੋਇਆ ਹੈ ਅਤੇ ਆਉਣ ਵਾਲੇ ਸਾਲਾਂ ਦੇ ਵਿੱਚ 트ੰਪ ਪ੍ਰਸ਼ਾਸਨ ਦੇ ਅਧੀਨ ਪ੍ਰਵਾਸੀ ਵਿਰੋਧੀ ਭਾਵਨਾ ਕੋਵਿਡ ਪਾਬੰਦੀਆਂ ਦੇ ਬਾਅਦ ਅਰਜ਼ਿਨਾਤੇ ਇਸ ਦੇ ਨਾਲ ਮਾਲੀਆ ਵਿੱਚ ਕਮੀ ਆਈ ਹੈ ਉਹਨਾਂ ਨੇ ਹਿੱਤਾਂ ਦੀ ਪੂਰਤੀ ਕਰਨ ਦੇ ਲਈ ਏਜੰਸੀ ਸੋਚਦੀ ਹੈ ਕਿ ਇੱਕ ਵਾਅਦਾ ਕ੍ਰਮ ਵਿੱਚ ਹੈ ਨਿਊਜ਼ੀਲੈਂਡ ਸਰਕਾਰ ਨੇ ਹੁਨਰਮੰਦ ਕਾਮਿਆਂ ਦੇ ਦਾਖਲੇ ਵਿੱਚ ਤੇਜ਼ੀ ਲਿਆਉਣ ਦੇ ਲਈ ਰਿਕਵਰੀ ਵੀਜ਼ਾ ਪੇਸ਼ ਕੀਤਾ ਜੋ ਦੇਸ਼ ਨੂੰ ਹਾਲ ਦੇ ਵਿੱਚ ਮੌਸਮ ਦੇ ਨਾਲ ਸੰਬੰਧਿਤ ਆਫ਼ਤਾਂ ਤੋਂ ਉਭਰਨ ਵਿੱਚ ਮਦਦਗਾਰ ਸਾਕਦਾਏ ਵੀਜ਼ਾ ਦਾ ਉਦੇਸ਼ ਵਿਦੇਸ਼ੀ ਮਾਹਿਰਾਂ ਨੂੰ ਤੁਰੰਤ ਦੇਸ਼ ਵਿੱਚ ਚਾਣ ਅਤੇ ਕਈ ਤਰੀਕਿਆਂ ਦੇ ਨਾਲ ਸਹਾਇਤਾ ਪ੍ਰਦਾਨ ਕਰਨ ਦੇ ਯੋਗ ਬਣਾਉਣਾ ਹੈ ਇਸ ਵਿੱਚ ਐਮਰਜੈਂਸੀ ਪ੍ਰਕਿਰਿਆ ਸਫਾਈ ਜੋਖਮ ਮੁਲਾਂਕਣ ਬੁਨਿਆਦੀ ਢਾਂਚਾ ਤੇ ਹਾਊਸਿੰਗ ਸਥਿਰਤਾ ਅਤੇ ਮਰਮਤ ਅਤੇ ਸਿੱਧੀ ਰਿਕਵਰੀ ਸਹਾਇਤਾ ਸ਼ਾਮਲ ਹੈ ਰਿਕਵਰੀ ਵੀਜ਼ਾ ਦੀ ਕੋਸ਼ਣਾ ਹਾਡ ਅਤੇ ਨਿਊਜ਼ੀਲੈਂਡ ਵਿੱਚ ਚੱਕਰਵਾਤ ਗੈਬਰੀਅਲ ਦੇ ਪ੍ਰਭਾਵ ਦੇ ਜਵਾਬ ਵਿੱਚ ਕੀਤੀ ਗਈ ਹੈ ਇਸੇ ਤਰ੍ਹਾਂ ਦੇ ਵੀਜ਼ਾ ਪ੍ਰੋਗਰਾਮ ਕ੍ਰਾਈਸਟਚਰਚ ਅਤੇ ਖੈਕੋਰਾ ਪੁਚਾਰ ਤੋਂ ਬਾਅਦ ਲਾਗੂ ਕੀਤੇ ਗਏ ਸੀ ਨਿਊਜ਼ੀਲੈਂਡ ਦੇ ਵੱਲੋਂ ਲਾਂਚ ਰਿਕਵਰੀ ਵੀਜ਼ਾ ਸਕੀਮ ਦੇ ਤਹਿਤ ਵਰਕ ਵੀਜ਼ਾ ਦੇ ਲਈ ਅਰਜ਼ੀ ਦੇਣ ਵਾਲੀਆਂ ਇਹਨਾਂ 4 ਕਦਮਾਂ ਦੀ ਪਾਲਣਾ ਕਰਨੀ ਪੈਗੀ ਇਮੀਗ੍ਰੇਸ਼ਨ ਮੰਤਰੀ ਮਾਈਕਲ ਵੁੱਡ ਨੇ ਕਿਹਾ ਕਿ ਰਿਕਵਰੀ ਵੀਜ਼ਾ ਦਾ ਮਤਲਬ ਹੈ ਕਿ ਰਿਕਵਰੀ ਯਤਨਾਂ ਦਾ ਸਮਰਥਨ ਕਰਨ ਦੇ ਲਈ ਲੜਿੰਦੇ ਵਿਦੇਸ਼ੀ ਤੁਰੰਤ ਇੱਥੇ ਆ ਸਕਦੇ ਨੇ ਵੀਜ਼ਾ ਸਕੀਮ ਬਾਰੇ ਵਿਸਥਾਰ ਦੇ ਨਾਲ ਜਾਣਨ ਦੇ ਲਈ ਵੇਰਵੇ ਵੀ ਦੇਤੇਗਾ ਸੰ। ਨਿਊਜ਼ੀਲੈਂਡ ਇਮੀਗ੍ਰੇਸ਼ਨ ਦੇ ਅਨੁਸਾਰ ਵੀਜ਼ਾ ਅਜੇਹੇ ਪ੍ਰਵਾਸੀ ਕਾਮਿਆਂ ਲਈ ਜਾਰੀ ਕੀਤਾ ਜਾਏਗਾ ਜੋ ਐਮਰਜੈਂਸੀ ਜਵਾਬ ਪ੍ਰਦਾਨ ਕਰਨ, ਤੁਰੰਤ ਸਫਾਈ, ਜੋਖਮ ਜਾਂ ਨੁਕਸਾਨ ਦਾ ਮੁਲਾਂਕਣ ਕਰਨ, ਬੁਨਿਆਦੀ ਢਾਂਚਾ, ਬਿਲਡਿੰਗ ਅਤੇ ਹਾਊਸਿੰਗ ਸਥਿਰਤਾ ਅਤੇ ਜਾਂ ਮਰੰਮਤ ਯੋਜਨਾਬੰਦੀ ਕਾਰਜਾਂ ਸਮੇਤ ਔਰ ਨਾਲ ਦੇ ਨਾਲ ਕੰਮ ਜੋ ਸਿੱਧੇ ਤੌਰ ਤੇ ਰਿਕਵਰੀ ਦਾ ਸਮਰਥਨ ਕਰਦਾ ਹੈ। ਉਦਾਹਰਨ ਦੇ ਵਜੋਂ ਸੜਕਾਂ ਦੇ ਪੁਨਰਨਿਰਮਾਣ, ਟ੍ਰਾਂਸਪੋਰਟ ਡਰਾਈਵਰਜ਼ ਆਦਿ ਲਈ ਸੰਬੰਧਿਤ ਸਮੱਗਰੀ ਦਾ ਉਤਪਾਦਨ ਕਰਨ। ਵੀਜ਼ਾ ਸਫਲ ਵਿਨੇਕਾਰਾਂ ਦੇ ਲਈ ਮੁਫਤ ਹੋਏਗਾ ਅਤੇ ਸਰਕਾਰ ਦਾ ਉਦੇਸ਼ 7 ਦਿਨਾਂ ਦੇ ਅੰਦਰ ਅਰਜ਼ੀਆਂ ਦੀ ਪ੍ਰਕਿਰਿਆ ਕਰਨਾ ਹੈ ਵੁਡ ਨੇ ਦੱਸਿਆ ਹੈ ਕਿ ਵੀਜ਼ਾ 6 ਮਹੀਨਿਆਂ ਤੱਕ ਵੈਧ ਹੋਏਗਾ ਵਰਕ ਵੀਜ਼ਾ ਦੇ ਅਰਜ਼ੀ ਦੇਣ ਦੇ ਲਈ ਵਿਸ਼ੇਸ਼ ਉਦੇਸ਼ ਜਾਂ ਘਟਨਾ ਦੀ ਚੋਣ ਕਰਨੀ ਹੈ ਜਿਸ ਦੇ ਲਈ ਵੀਜ਼ਾ ਲਈ ਅਰਜ਼ੀ ਦਿੱਤੀ ਜਾ ਸਕਦੀ ਹੈ ਜਿਸ ਖਾਸ ਉਦੇਸ਼ ਜਾਂ ਇਵੈਂਟ ਲਈ ਤੁਸੀਂ ਨਿਊਜ਼ੀਲੈਂਡ ਆ ਰਹੇ ਹੋ ਉਸ ਦੀ ਕਿਸਮ ਦੇ ਤੌਰ ਤੇ ਅਤੇ ਹੋਰ ਨੂੰ ਚੁਣਨਾ ਹੈ ਅਤੇ ਦਿਖਾਈ ਦੇਣ ਵਾਲੇ ਬਾਕਸ ਵਿੱਚ ਰਿਕਵਰੀ ਵੀਜ਼ਾ ਲਿਖਣਾ ਹੈ ਨਿਊਜ਼ੀਲੈਂਡ ਵਿੱਚ ਰਹਿਣ ਦੀ ਮਿਆਦ ਦੇ ਤੌਰ ਤੇ 6 ਮਹੀਨੇ ਜਾਂ ਘੱਟ ਚੁਣਨੇ ਨੇ ਅਪਲੋਡ ਦਸਤਾਵੇਜ਼ ਭਾਗ ਵਿੱਚ ਤੁਹਾਡੇ ਵਿਸ਼ੇਸ਼ ਉਦੇਸ਼ ਜਾਂ ਇਵੈਂਟ ਵਰਕ ਵੀਜ਼ਾ ਲਈ ਲੋੜਿੰਦੇ ਸਬੂਤ ਵਜੋਂ ਰੁਜ਼ਗਾਰ ਦਾਤਾ ਸਪਲੀਮੈਂਟਰੀ ਫਾਰਮ ਅਪਲੋਡ ਕਰਨਾ ਹੈ ਵੈਬਸਾਈਟ ਦੇ ਮਤਬਕੇ ਵੀਜ਼ਾ ਅਸਿੱਧੇ ਤੌਰ ਤੇ ਸਹਾਇਤਾ ਪ੍ਰਦਾਨ ਕਰਨ ਵਾਲੇ ਉਦਯੋਗ ਜਿਹੜੇ ਨੇ ਜਾਂ ਰਿਕਵਰੀ ਤੇ ਕੰਮ ਕਰਨ ਦੇ ਲਈ ਭੂਮਿਕਾਵਾਂ ਛੱਡ ਰਹੇ ਨੇ ਉਹਨਾਂ ਲੋਕਾਂ ਦੀਆਂ ਖਾਲੀ ਅਸਾਮੀਆਂ ਨੂੰ ਭਰਨ ਦੇ ਲਈ ਉਪਲਬਧ ਨਹੀਂ ਹੈ ਇੰਗਲੈਂਡ ਦੀ ਸਰਕਾਰ ਇੱਕ ਨਵਾਂ ਕਾਨੂੰਨ ਲੈ ਕੇ ਆਉਣ ਦੀ ਤਿਆਰੀ ਚ ਹੈ ਜਿਸਤੇ ਲਾਗੂ ਹੋਣ ਦੀ ਸੂਰਤ ਤੇ ਵਿੱਚ ਉਥੇ ਲੋਕਾਂ ਦਾ ਸ਼ਰਨ ਲੈਣਾ ਬੇਹਦ ਔਖਾ ਹੋ ਜਾਏਗਾ ਨਵੇਂ ਬਿਲ ਦੇ ਮੁਤਾਬਕ ਬ੍ਰਿਟੇਨ ਵਿੱਚ ਉਹ ਵਿਅਕਤੀ ਸ਼ਰਨ ਨਹੀਂ ਲੈ ਸਕੇਗਾ ਜੋ ਗੈਰ ਕਾਨੂੰਨੀ ਤਰੀਕੇ ਦੇ ਨਾਲ ਦੇਸ਼ ਵਿੱਚ ਦਾਖਲ ਹੋਇਆ ਜੋ ਵੀ ਵਿਅਕਤੀ ਗੈਰ ਕਾਨੂੰਨੀ ਦਾਖਲੇ ਦਾ ਦੋਸ਼ੀ ਪਾਇਆ ਗਿਆ ਉਸ ਉੱਤੇ ਬ੍ਰਿਟੇਨ ਵਿੱਚ ਵਾਪਸ ਆਉਣ ਅਤੇ ਉਸ ਦੀ ਨਾਗਰਿਕਤਾ हासिल ਕਰਨ ਤੇ ਤਾਂ ਉਮਰ ਦੀ پابੰਦੀ ਹੋਣੀ ਹੈ ਅਸਲ ਦੇ ਵਿੱਚ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ਿਸ਼ ਤੁਨਕ ਨੇ ਇਸ ਸਾਲ ਬਰਤਾਨਵੀ ਲੋਕਾਂ ਨੂੰ ਜੋ ਪੰਜ ਵਾਅਦੇ ਕੀਤੇ ਸੀ ਉਹਨਾਂ ਵਿੱਚੋਂ ਕਿਸ਼ਤੀਆਂ ਰਾਹੀਂ ਗੈਰ ਕਾਨੂੰਨੀ ਤਰੀਕੇ ਦੇ ਨਾਲ ਬ੍ਰਿਟੇਨ ਪਹੁੰਚਣ ਤੋਂ ਰੋਕਣਾ ਸੀ ਇਸ ਤੋਂ ਪਹਿਲਾਂ ਕਿ ਇਸ ਬਾਰੇ ਨਵੇਂ ਬਿੱਲ ਬਾਰੇ ਵਿਸਥਾਰ ਨਾਲ ਦੱਸੀਏ ਇਹ ਵੀ ਜਾਣਨਾ ਜ਼ਰੂਰੀ ਹੈ ਕਿ ਸੰਯੁਕਤ ਰਾਸ਼ਟਰ ਦੀ ਇਸ ਪ੍ਰਕਿਰਿਆ ਬਾਰੇ ਕੀ ਪ੍ਰਤੀਕਿਰਿਆ ਹੈ ਸੰਯੁਕਤ ਰਾਸ਼ਟਰ ਦੀ ਸ਼ਰਨਾਰਥੀਆਂ ਦੀ ਏਜੰਸੀ ਨੇ ਨਵੇਂ ਸ਼ਰਨ ਦੇਣ ਦੇ ਬਿੱਲ ਨੂੰ ਕਾਫੀ ਚਿੰਤਾਜਨਕ ਘਰਾਰ ਦਿੱਤਾ ਹੈ। ਸੰਯੁਕਤ ਰਾਸ਼ਟਰ ਦੇ ਮਤਾਬਕ ਇਹ ਨਵਾਂ ਬਿੱਲ ਉਹਨਾਂ ਲੋਕਾਂ ਦਾ ਸ਼ਰਨ ਮੰਗਣ ਦਾ ਦਾਵਾ ਵੀ ਨਕਾਰ ਦੇਵੇਗਾ ਜਿਨ੍ਹਾਂ ਨੂੰ ਇਸ ਦੀ ਸਭ ਤੋਂ ਵੱਧ ਲੋੜ ਹੈ। UNHCR ਦੇ ਯੂਕੇ ਦੇ ਬੁਲਾਰੀ ਵਿਕੀਟ ਐਨੇਟ ਨੇ BBC ਨੂੰ ਦੱਸਿਆ ਹੈਗਾ ਕਿ ਇਹ ਫੈਸਲਾ ਕੁਮਾਂਤਰੀ ਕਾਨੂੰਨ ਦੀ ਉਲੰਘਣਾ ਹੈ ਤੇ ਇਸ ਤਰ੍ਹਾਂ ਕਿਸ਼ਤੀ ਰਾਹੀਂ ਪਹੁੰਚਣ ਉੱਤੇ ਪਾਬੰਦੀ ਲਗਾਉਣ ਦੀ ਕੋਈ ਲੋੜ ਨਹੀਂ ਸੀ। ਟ੍ਰੀਨੈਂਟ ਨੇ ਕਿਹਾ ਸੀਗਾ ਕਿ ਅਸੀਂ ਇਸ ਵੇਲੇ ਫਿਕਰਮੰਦ ਹਾਂ ਗੈਰ ਕਾਨੂੰਨੀ ਤਰੀਕੇ ਦੇ ਨਾਲ ਬ੍ਰਿਟੇਨ ਆਉਣ ਵਾਲੇ ਲੋਕਾਂ ਦਾ ਸ਼ਰਨ ਲੈਣਾ ਇਸ ਨਵੇਂ ਬਿੱਲ ਦੇ ਕਾਨੂੰਨ ਬਣਦੇ ਹੀ ਨਾ ਮੁਮਕਿਨ ਹੋ ਜਾਏਗਾ ਇਹ ਰਿਫਿਊਜੀਸ ਕਨਵੈਨਸ਼ਨ ਦੀ ਉਲੰਘਣਾ ਹੈ ਜਿਨ੍ਹਾਂ ਲੋਕਾਂ ਨੂੰ ਸ਼ਰਨ ਦੀ ਸਭ ਤੋਂ ਵੱਧ ਲੋੜ ਹੈ ਉਹ ਵੀ ਇਸ ਨਵੇਂ ਕਾਨੂੰਨ ਤਹਿਤ ਉਸ ਨੂੰ ਹਾਸਲ ਨਹੀਂ ਕਰ ਸਕਣਗੇ ਰਿਫਿਊਜੀਸ ਕਨਵੈਨਸ਼ਨ ਬਾਰੇ ਸਹਿਮਤੀ 1951 ਚ ਬਣੀ ਸੀ ਬ੍ਰਿਟੇਨ ਵਿੱਚ ਇਸ ਦਾ ਮੈਂਬਰ ਹੈ ਔਰ ਇਸ ਸਮਝੌਤੇ ਤਹਿਤ ਜਿਸ ਨੂੰ ਸਰਨਾਰਥੀ ਮੰਨਿਆ ਜਾਂਦਾ ਹੈ ਉਸ ਨੂੰ ਮੈਂਬਰ ਦੇਸ਼ਾਂ ਵੱਲੋਂ ਹਰ ਹਾਲ ਵਿੱਚ ਸੁਰੱਖਿਆ ਦੇਣੀ ਪੈਗੀ ਗ੍ਰਹਿ ਮੰਤਰੀ ਦੀ ਇਹ ਜ਼ਿੰਮੇਵਾਰੀ ਹੈ ਕਿ ਉਹ ਬ੍ਰਿਟੇਨ ਵਿੱਚ ਗੈਰ ਕਾਨੂੰਨੀ ਤਰੀਕੇ ਦੇ ਨਾਲ ਦਾਖਲ ਹੋਣ ਵਾਲੇ ਲੋਕਾਂ ਨੂੰ ਹਰਾਸਤ ਵਿੱਚ ਲਵੇ ਤੇ ਇਹ ਤੈਅ ਕਰੇ ਕਿ ਉਹਨਾਂ ਨੂੰ ਉੱਥੋਂ ਹਟਾਇਆ ਜਾਵੇ ਇਸ ਦਿਨ ਵਾਲੀ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਰਵਾਡਾ ਜਾਂ ਕਿਸੇ ਹੋਰ ਸੁਰੱਖਿਤ ਦੇਸ਼ ਵਿੱਚ ਭੇਜਿਆ ਜਾਏ ਪ੍ਰਵਾਸੀਆਂ ਨੂੰ ਹਰਾਸਤ ਦੇ ਪਹਿਲੇ 28 ਦਿਨਾਂ ਤੱਕ ਨਾ ਜਮਾਨਤ ਮਿਲਣ ਦਾ ਅਧਿਕਾਰ ਹੋਵੇਗਾ ਨਾ ਹੀ ਨਿਆਪਾਲਿਕਾ ਵੱਲੋਂ ਕਿਸੇ ਰਿਵਿਊ ਦਾ ਹੱਕ ਮਿਲੇਗਾ 18 ਸਾਲ ਤੋਂ ਘੱਟ ਉਮਰ ਵਾਲੇ ਲੋਕਾਂ ਜੋ ਉਡਾਣ ਭਰਨ ਦੇ ਲਈ ਮੈਡੀਕਲੀ ਫਿਟ ਨਹੀਂ ਹਨ ਜਾਂ ਉਹਨਾਂ ਨੂੰ ਉਸ ਦੇਸ਼ ਵਿੱਚ ਖਤਰਾ ਹੈ ਜਿੱਥੇ ਉਹਨਾਂ ਨੂੰ ਭੇਜਿਆ ਜਾ ਰਿਹਾ ਤਾਂ ਉਹਨਾਂ ਨੂੰ ਭੇਜਣ ਦੀ ਪ੍ਰਕਿਰਿਆ ਟਾਲੀ ਜਾ ਸਕਦੀ ਹੈ ਬ੍ਰਿਟੇਨ ਵਿੱਚ ਸੁਰੱਖਿਅਤ ਤੇ ਕਾਨੂੰਨੀ ਤਰੀਕੇ ਦੇ ਨਾਲ ਸ਼ਰਨਾਰਥੀਆਂ ਨੂੰ ਸ਼ਰਨ ਦੇਣ ਦੀ ਗਿਣਤੀ ਉੱਤੇ ਵੀ ਇਹ ਤੈਅ ਸੀਮਾ ਲਗਾਈ ਜਾਏਗੀ। ਪ੍ਰਵਾਸੀ ਜਿਨ੍ਹਾਂ ਨੂੰ ਬ੍ਰਿਟੇਨ ਵਿੱਚੋਂ ਵਾਪਸ ਭੇਜਿਆ ਗਿਆ ਉਹਨਾਂ ਦੀ ਬ੍ਰਿਟੇਨ ਵਾਪਸ ਦੇ ਉੱਤੇ ਪਾਬੰਦੀ ਹੋਏਗੀ, ਨਾ ਹੀ ਉਹਨਾਂ ਨੂੰ ਭਵਿੱਖ ਵਿੱਚ ਬ੍ਰਿਟਾਨਵੀ ਨਾਗਰਿਕਤਾ ਦਿੱਤੀ ਜਾਏਗੀ। ਇਸ ਕਾਨੂੰਨ ਦੇ ਮੰਗਲਵਾਰ ਤੋਂ ਲਾਗੂ ਹੋਣ ਮਗਰੋਂ ਬ੍ਰਿਟੇਨ ਵਿੱਚ ਗੈਰਕਾਨੂੰਨੀ ਤਰੀਕੇ ਦਾਖਲ ਹੋਣ ਵਾਲਿਆਂ ਉੱਤੇ ਦੇਸ਼ ਵਿੱਚ ਵਾਪਸ ਭੇਜੇ ਜਾਣ ਦਾ ਖਤਰਾ ਬਣਿਆ ਰਹੇਗਾ। ਦੁਬਈ 'ਚ ਨੌਕਰੀ ਦਾ ਸੁਪਨਾ ਦਿਖਾ ਕੇ ਲੀਬੀਆ ਵਿੱਚ ਮਜ਼ਦੂਰੀ ਲਈ ਭੇਜੇ ਗਏ 12 ਭਾਰਤੀਆਂ ਨੂੰ ਸਰਕਾਰ ਨੇ ਛੁਡਵਾ ਲਿਆ ਸਾਰਿਆਂ ਨੂੰ ਸੁਰੱਖਿਅਤ ਭਾਰਤ ਇਸ ਹਫਤੇ ਲਿਆਂਦਾ ਗਿਆ ਉਹਨਾਂ ਨੂੰ ਛਡਾਉਣ ਦਾ ਕੰਮ ਨੈਸ਼ਨਲ ਮਾਈਨੋਰਿਟੀ ਕਮਿਸ਼ਨ ਨੇ ਕੀਤਾ ਸੀ ਵਤਨਪਰਤ ਕੇ ਇਹਨਾਂ ਲੋਕਾਂ ਨੇ ਆਪਣੀ ਆਪ ਬੀਤੀ ਵੀ ਸੁਣਾਈ ਲੀਬੀਆ ਤੋਂ ਪਰਤੇ ਲੋਕਾਂ ਚ ਜ਼ਿਆਦਾਤਰ ਸਿੱਖ ਧਰਮ ਦੇ ਲੋਕ ਸੀ ਜੋ ਪੰਜਾਬ ਤੋਂ ਨੇ ਇਹਨਾਂ ਨੇ ਦੱਸਿਆ ਕਿ ਉਹਨਾਂ ਤੋਂ ਲੀਬੀਆ ਚ ਬਿਨਾਂ ਤਨਖਾਹ ਤੋਂ ਕੰਮ ਕਰਵਾਇਆ ਜਾਂਦਾ ਸੀ ਭੁੱਖਾ ਰੱਖ ਕੇ ਮਾਰਕੁੱਟ ਕੀਤੀ ਜਾਂਦੀ ਸੀ ਕਰੋਨਾ ਦੇ ਦੌਰਾਨ ਲੱਗੇ ਲਾਕਡਾਊਨ ਵਿੱਚ ਉਹਨਾਂ ਦੀ ਨੌਕਰੀ ਚਲੀ ਗਈ ਏਜੰਟਾਂ ਨੇ ਇਹਨਾਂ 12 ਲੋਕਾਂ ਨੂੰ ਦੁਬਈ ਵਿੱਚ ਚੰਗਰੀ ਨੌਕਰੀ ਦਿਵਾਉਣ ਦਾ ਵਾਅਦਾ ਕੀਤਾ ਹਾਲਾਂਕਿ ਇਹ ਲੋਕ ਜਦੋਂ ਦੁਬਈ ਪਹੁੰਚੇ ਤਾਂ ਇਹਨਾਂ ਨੂੰ ਕਿਹਾ ਗਿਆ ਕਿ ਇੱਥੇ ਇਨਾਂ ਲਈ ਕੋਈ ਜਗ੍ਹਾ ਨਹੀਂ ਹੈ ਇੱਕ ਪੀੜਤ ਨੇ ਦੱਸਿਆ ਕਿ ਸਾਨੂੰ ਨਾ ਤਾਂ ਠੀਕ ਤਰ੍ਹਾਂ ਖਾਣਾ ਦਿੱਤਾ ਜਾਂਦਾ ਸੀ ਨਾ ਹੀ ਕੰਮ ਦੇ ਬਦਲੇ ਤਨਖਾਹ ਦਿੱਤੀ ਜਾਂਦੀ ਸੀ ਲੀਬੀਆ ਤੋਂ ਬਚਾਏ ਗਏ 12 ਲੋਕਾਂ 'ਚ ਪੰਜਾਬ ਤੋਂ ਇਲਾਵਾ ਇੱਕ ਵਿਅਕਤੀ ਬਿਹਾਰ ਦਾ ਹੈ ਤੇ ਇੱਕ ਹਿਮਾਚਲ ਪ੍ਰਦੇਸ਼ ਦਾ ਰਹਿਣ ਵਾਲਾ ਵੀ ਹੈ ਨੌਕਰੀ ਦੇ ਝੂਠੇ ਵਾਅਦਿਆਂ ਤੋਂ ਲੋਕਾਂ ਨੂੰ ਅਲਰਟ ਕਰਨ ਦੇ ਲਈ ਨੈਸ਼ਨਲ ਮਾਈਨੋਰਿਟੀ ਕਮਿਸ਼ਨ ਨੇ ਦੇਸ਼ ਭਰ ਦੇ ਲਈ ਇੱਕ ਐਡਵਾਈਜ਼ਰੀ ਜਾਰੀ ਕਰੇਗਾ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਪੰਜਾਬ ਸਰਕਾਰ ਤੋਂ ਵੀ ਨੌਜਵਾਨਾਂ ਨੂੰ ਨੌਕਰੀ ਦਿਵਾਉਣ ਦੇ ਝੂਠੇ ਵਾਅਦੇ ਕਰਨ ਵਾਲੇ ਏਜੰਟਾਂ ਤੋਂ ਬਚਣ ਦੇ ਲਈ ਸਹੀ ਕਦਮ ਚੁੱਕਣ ਨੂੰ ਕਿਹਾ ਉਹਨਾਂ ਨੇ ਕਿਹਾ ਕਿ ਇਹਨਾਂ 12 ਲੋਕਾਂ ਨੂੰ ਛਡਵਾਉਣ ਦੇ ਲਈ ਅਫਰੀਕੀ ਦੇਸ਼ ਟੁਨੀਸ਼ੀਆ ਨਾਲ ਵੀ ਸੰਪਰਕ ਕੀਤਾ ਗਿਆ ਸੀ ਇਹਨਾਂ ਨੂੰ ਫਰਵਰੀ ਤੇ ਮਾਰਚ ਵਿੱਚ ਦੋ ਬੈਚ ਵਿੱਚ ਵਾਪਸ ਭਾਰਤ ਲਿਆਂਦਾ ਗਿਆ ਰੂਸ ਵੀਜ਼ਾ ਪ੍ਰਣਾਲੀ ਨੂੰ ਸੌਖਾ ਬਣਾਉਣ ਦੇ ਲਈ ਭਾਰਤ ਸਮੇਤ 6 ਦੇਸ਼ਾਂ ਦੇ ਨਾਲ ਸਮਝੌਤੇ ਦੀ ਤਿਆਰੀ ਕਰ ਰਿਹਾ ਹੈ ਰੂਸੀ ਸਮਾਚਾਰ ਏਜੰਸੀ ਟਾਸ ਨੇ ਉਪ ਵਿਦੇਸ਼ ਮੰਤਰੀ ਦੇ ਹਵਾਲੇ ਦੇ ਨਾਲ ਇਹ ਜਾਣਕਾਰੀ ਦਿੱਤੀ ਈਵਨੋਵ ਨੇ ਕਿਹਾ ਕਿ ਭਾਰਤ ਤੋਂ ਇਲਾਵਾ ਸੀ ਅੰਗੋਲਾ ਵਿਅਤਾਂ ਇੰਡੋਨੇਸ਼ੀਆ ਸੀਰੀਆ ਫਿਲੀਪੀਨਜ਼ ਨਾਲ ਵੀ ਅੰਤਰ ਸਰਕਾਰੀ ਸਮਝੌਤਿਆਂ ਤੇ ਕੰਮ ਕਰ ਰਿਹਾ ਹੈ ਇਹਦਾ ਮਕਸਦ ਉਹਨਾਂ ਦੇ ਨਾਲ ਵੀਜ਼ਾ ਪ੍ਰਣਾਲੀ ਨੂੰ ਸਰਲ ਬਣਾਉਣਾ ਹੈ ਇਸ ਤੋਂ ਪਹਿਲਾਂ ਇਵਾਨੋਵ ਨੇ ਕਿਹਾ ਕਿ ਰੂਸ ਬਹਿਰਨ, ਉਮਾਨ, ਸਾਊਦੀ ਅਰਾਬਾਹਮਾਸ, ਬਾਰਾ ਬਾਡੋਸ, ਹੈਤੀ, ਜ਼ੈਂਬੀਆ, ਖੋਇਤ, ਮਲੇਸ਼ੀਆ, ਮੈਕਸੀਕੋ, ਤ੍ਰਿੰਦਾਦ ਅਤੇ ਟਵੇਗੋਸਮਿਤ ਗਿਆਰਾਂ ਦੇਸ਼ਾਂ ਦੇ ਨਾਲ ਵੀਜ਼ਾ ਮੁਕਤ ਯਾਤਰਾ ਸਮਝੌਤਿਆਂ ਤੇ ਕੰਮ ਕਰ ਰਿਹਾ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ 20 ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਮੀਟਿੰਗ 'ਚ ਸ਼ਾਮਲ ਹੋਣ ਦੇ ਲਈ ਪਿਛਲੇ ਹਫ਼ਤੇ ਭਾਰਤ ਆਏ ਸੀ ਪੰਜਾਬ ਤੋਂ ਬਾਹਰਲੇ ਮੁਲਕ ਜਾ ਕੇ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਵੱਡੀ ਖੁਸ਼ਖਬਰੀ ਦਿੱਤੀ ਹੈ ਇਸ ਹਫਤੇ ਮੀਡੀਆ ਰਿਪੋਰਟ ਦੇ ਅਨੁਸਾਰ ਭਾਰਤ ਤੋਂ ਆਸਟ੍ਰੇਲੀਆ ਆਉਣ ਵਾਲੇ ਵਿਦਿਆਰਥੀਆਂ ਦੀ ਡਿਗਰੀ ਨੂੰ ਆਸਟ੍ਰੇਲੀਆ 'ਚ ਮਾਨਤਾ ਦਿੱਤੀ ਜਾਏਗੀ ਸਥਾਨਕ ਰਿਪੋਰਟ ਦੇ ਅਨੁਸਾਰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਬੁੱਧਵਾਰ ਸ਼ਾਮ ਨੂੰ ਇਹ ਘੋਸ਼ਣਾ ਕੀਤੀ ਕਿ ਉਹਨਾਂ ਦੇ ਦੇਸ਼ ਤੇ ਭਾਰਤ ਸਰਕਾਰ ਨੇ ਆਸਟ੍ਰੇਲੀਆ ਭਾਰਤ ਸਿੱਖਿਆ ਯੋਗਤਾ ਮਾਨਤਾ ਵਿਧੀਆਂ ਨੂੰ ਅੰਤਮ ਰੂਪ ਦੇ ਦਿੱਤਾ ਹੈ ਅਲਬਾਨੀਜ਼ ਨੇ ਇੱਕ ਪ੍ਰੋਗਰਾਮ ਚ ਅਧਿਕਾਰਤ ਤੌਰ ਤੇ ਇਹ ਕੋਸ਼ਿਸ਼ ਨਾ ਕੀਤੀ ਹੈ ਕਿ ਉਹ ਆਸਟ੍ਰੇਲੀਆ ਦਾ ਡਿਕਨ ਯੂਨੀਵਰਸਿਟੀ ਗੁਜਰਾਤ ਦੇ ਗਾਂਧੀ ਨਗਰ ਦੇ ਗਿਫਟ ਸਿਟੀ ਵਿੱਚ ਇੱਕ ਅੰਤਰਰਾਸ਼ਟਰੀ ਬ੍ਰਾਂਚ ਕੰਪਲੈਕਸ ਸਥਾਪਿਤ ਕਰੇਗਾ ਰਿਪੋਰਟ ਦੇ ਮੁਤਾਬਕ ਉਹਨਾਂ ਨੇ ਕਿਹਾ ਕਿ ਸਾਡੇ ਦੋ ਪੱਖੀ ਸਿੱਖਿਆ ਸਬੰਧਾਂ ਚ ਮਹੱਤਵਪੂਰਨ ਤਰੱਕੀ ਹੋਈ ਹੈ ਨਾਲ ਹੀ ਉਹਨਾਂ ਨੇ ਕਿਹਾ ਤੁਹਾਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਅਸੀਂ ਆਸਟ੍ਰੇਲੀਆ-ਭਾਰਤ ਸਿੱਖਿਆ ਯੋਗਤਾ ਮਾਨਤਾ ਵਿਧੀ ਨੂੰ ਅੰਤਿਮ ਰੂਪ ਦੇ ਦਿੱਤਾ ਹੈ ਅਲਬਾਨੀਸ ਦੇ ਅਨੁਸਾਰ ਨਵੀਂ ਵਿਧੀ ਦਾ ਮਤਲਬ ਹੈ ਕਿ ਜੇਕਰ ਤੁਸੀਂ ਇੱਕ ਭਾਰਤੀ ਵਿਦਿਆਰਥੀ ਹੋ ਅਤੇ ਆਸਟ੍ਰੇਲੀਆ ਵਿੱਚ ਪੜ੍ਹ ਰਹੇ ਹੋ ਜਾਂ ਪੜ੍ਹਾਈ ਕਰ ਚੁੱਕੇ ਹੋ ਤਾਂ ਤੁਹਾਡੀ ਸਖਤ ਮਿਹਨਤ ਦੇ ਨਾਲ ਹਾਸਲ ਕੀਤੀ ਡਿਗਰੀ ਨੂੰ ਕਰ ਪਰਤਨ ਤੇ ਮਾਨਤਾ ਦਿੱਤੀ ਜਾਏਗੀ ਜੇਕਰ ਤੁਸੀਂ ਆਸਟ੍ਰੇਲੀਆ ਚ ਵੱਡੀ ਗਿਣਤੀ ਵਾਲੇ ਭਾਰਤੀ ਪ੍ਰਵਾਸੀਆਂ ਦੇ ਸਮੂਹ ਦੇ ਮੈਂਬਰ ਹੋ ਤਾਂ ਤੁਸੀਂ ਜ਼ਿਆਦਾ ਮਾਣ ਮਹਿਸੂਸ ਕਰੋਗੇ ਕਿ ਤੁਹਾਡੀ ਭਾਰਤੀ ਯੋਗਤਾ ਨੂੰ ਆਸਟ੍ਰੇਲੀਆ ਵਿੱਚ ਮਾਨਤਾ ਦਿੱਤੀ ਜਾਏਗੀ ਟਿਊਨੀਸ਼ੀਆ ਦੇ ਤੱਟ ਤੋਂ ਯੂਰਪ ਦੇ ਵੱਲ ਜਾ ਰਹੀ ਇੱਕ ਕਿਸ਼ਤੀ ਦੇ ਡੁੱਬ ਜਾਣ ਦੇ ਨਾਲ ਇਸ ਹਫ਼ਤੇ ਕਟੂਕਟ 14 ਪ੍ਰਵਾਸੀ ਲੋਕਾਂ ਦੀ ਮੌਤ ਹੋ ਗਈ ਸੀ ਜਦਕਿ ਚਰਨਜਾਨੂ ਬਚਾ ਲਿਆ ਗਿਆ ਟਿਊਨੀਸ਼ੀਆਈ ਨੈਸ਼ਨਲ ਗਾਰਡ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ ਸੀ ਨੈਸ਼ਨਲ ਗਾਰਡ ਦੇ ਬੁਲਾਰੇ ਨੇ ਐਸੋਸੀਏਟਿਡ ਪ੍ਰੈਸ ਨੂੰ ਦੱਸਿਆ ਸੀ ਕਿ ਟਿਊਨੀਸ਼ੀਆ ਦੇ ਮਦਸਫੈਕਸ ਖੇਤਰ ਨੇੜੇ ਭੂ-ਮਦਸਾਗਰ ਚ ਰਾਤ ਪਰ 14 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਨੈਸ਼ਨਲ ਗਾਰਡ ਨੇ ਦੱਸਿਆ ਕਿ ਪ੍ਰਵਾਸੀ ਉਪ-ਸਹਾਰਾ ਅਫਰੀਕਾ ਤੋਂ ਸੰਪਰਨ ਅ ਉਨ੍ਹਾਂ ਦੇ ਰਾਸ਼ਟਰੀਤਾ ਬਾਰੇ ਨਹੀਂ ਦੱਸਿਆ। ਉਹਨਾਂ ਨੇ ਅੱਗੇ ਕਿਹਾ ਕਿ ਉਸੇ ਰਾਤ ਕੋਸਟ ਗਾਰਡ ਦੇ ਜਹਾਜ਼ਾਂ ਨੇ ਟਿਊਨੀਸ਼ੀਆ ਦੇ ਮਦਦ ਅਤੇ ਦੱਖਣੀ ਏਸ਼ੀਆ ਤੋਂ ਉਸੇ ਤਰ੍ਹਾਂ ਦੀ ਯਾਤਰਾ ਦੀ ਕੋਸ਼ਿਸ਼ ਕਰ ਰਹੇ ਕੁੱਲ 435 ਪ੍ਰਵਾਸੀਆਂ ਨੂੰ ਲਿਜਾ ਰਹੀਆਂ 14 ਹੋਰ ਕਿਸ਼ਤੀਆਂ ਨੂੰ ਰੋਕਿਆ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਫਾਰ ਮਾਈਗ੍ਰੇਸ਼ਨ ਦੇ ਅਨੁਸਾਰ। ਸੰਘਰਸ਼ ਜਾਂ ਗਰੀਬੀ ਤੋਂ ਭੱਜਣ ਵਾਲੇ ਲੋਕ ਨਿਯਮਿਤ ਤੌਰ ਤੇ ਟਿਊਨੀਸ਼ੀਆ ਦੇ ਕਿਨਾਰਿਆਂ ਤੋਂ ਯੂਰਪ ਦੇ ਵੱਲ ਕਿਸ਼ਤੀਆਂ ਲੈਂਦੇ ਨੇ ਭਾਵੇਂ ਕਿ ਕੇਂਦਰੀ ਭੂਮਤ ਸਾਗਰ ਦੁਨੀਆ ਦਾ ਸਭ ਤੋਂ ਖਤਰਨਾਕ ਪਰ ਵਾਸ ਰਸਤਾ ਹੈ ਬਹੁਤ ਸਾਰੇ ਉਪ ਸਹਾਰਾ ਅਫਰੀਕਾ ਤੋਂ ਨਹੀਂ ਪਰ ਟਿਊਨੀਸ਼ੀਆ ਤੇ ਹੋਰ ਰਾਸ਼ਟਰੀਤਾ ਦੇ ਲੋਕ ਵੀ ਯਾਤਰਾ ਨੂੰ ਜੋਖਮ ਵਿੱਚ ਪਾਉਣ ਚ ਸ਼ਾਮਲ ਨੇ ਇਸਨ ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਹੋਈਆਂ ਕੁਝ ਅਪਡੇਟਸ ਤੁਸੀਂ ਸਾਡਾ YouTube ਚੈਨਲ ਪੰਜਾਬ ਮੇਲ US TV ਜ਼ਰੂਰ ਸਬਸਕ੍ਰਾਈਬ ਕਰੋ ਜੀ ਸ਼ੁਕਰੀਆ ਸਤਿ ਸ੍ਰੀ ਅਕਾਲ